ਜਿਹੜਾ ਸ਼ਰਾਬ ਦਾ ਮਾਫੀਆ ਕਾਂਗਰਸ ਪਾਰਟੀ ਨੇ ਪੈਦਾ ਕੀਤਾ ਸੀ, ਜਿਹੜਾ ਸ਼ਰਾਬ ਦਾ ਮਾਫੀਆ ਅਕਾਲੀ ਦਲ ਬੀਜੇਪੀ ਨੇ ਪੈਦਾ ਕੀਤੀ ਸੀ, ਉਹ ਪੰਜਾਬ 'ਚੋਂ ਖਤਮ ਹੋ ਗਿਆ। ਸੋ ਅੱਜ ਜਦੋਂ ਕਿਸਾਨ ਆਪਣੇ ਹੱਕ ਮੰਗਣ ਜਾਂਦਾ ਗਾ ਤਾਂ ਗੋਲੀਆਂ ਦਾ ਸਾਹਮਣਾ ਕਰਨਾ ਪੈਂਦਾ ਗਾ। ਪ੍ਰਧਾਨ ਮੰਤਰੀ ਸਾਹਿਬ ਦੇ ਰਹੇ ਨੇ ਕਿਉਂਕਿ ਉਹਨਾਂ ਨੂੰ ਸਾਹਮਣੇ ਹਾਰ ਲਿਖੀ ਦਿਖਾਈ ਦੇ ਰਹੀ ਆ। ਪੰਜਾਬ ਦੀ ਐਕਸਾਈਜ ਪਾਲਿਸੀ ਨੂੰ ਲੈ ਕੇ ਕੋਈ ਵੀ ਏਜੰਸੀ ਜਾਂਚ ਕਰਨ ਨੂੰ, ਜਿਹੜੀ ਵੀ ਜਾਂਚ ਕਰਨ ਨੂੰ ਚਾਹੁੰਦੀ ਆ, ਅਸੀਂ ਉਹਦਾ ਸਵਾਗਤ ਕਰਦੇ ਹਾਂ, ਵੈਲਕਮ ਕਰਦੇ, ਜਦੋਂ ਮਰਜ਼ੀ ਜਾਂਚ ਕਰ ਲੈਣ। ਐਕਸਾਈਜ਼ ਪਾਲਿਸੀ ਓਪਨ ਆ, ਲੋਕਾਂ ਦੇ ਸਾਹਮਣੇ ਆ, ਪੰਜਾਬ ਦਾ 4000 ਕਰੋੜ ਦਾ ਫਾਇਦਾ ਹੋਇਆ ਗਾ, ਪੰਜਾਬ ਦੇ ਖਜ਼ਾਨੇ 'ਚ 4000 ਕਰੋੜ ਰੁਪਏ ਵੱਧ ਆਏ ਨੇ। ਪੰਜਾਬ ਵਿੱਚੋਂ ਜਿਹੜਾ ਸ਼ਰਾਬ ਦਾ ਮਾਫੀਆ ਕਾਂਗਰਸ ਪਾਰਟੀ ਨੇ ਪੈਦਾ ਕੀਤਾ ਸੀ, ਜਿਹੜਾ ਸ਼ਰਾਬ ਦਾ ਮਾਫੀਆ ਅਕਾਲੀ ਦਲ ਬੀਜੇਪੀ ਨੇ ਪੈਦਾ ਕੀਤੀ ਸੀ, ਉਹ ਪੰਜਾਬ 'ਚੋਂ ਖਤਮ ਹੋ ਗਿਆ। ਇਸੇ ਗੱਲ ਕਰਕੇ ਤਾਂ ਇਹ ਕਾਂਗਰਸੀ ਲੀਡਰ ਤਿਲਮਲਾ ਰਹੇ ਨੇ, ਕਿ ਇਸੇ ਗੱਲ ਕਰਕੇ ਤਾਂ ਬੋਲ ਰਹੇ ਨੇ, ਕਿਉਂਕਿ ਇਹਨਾਂ ਦੇ ਚੇਲੇ ਚਪਟੇ ਜਿਹੜੇ ਸ਼ਰਾਬ ਦਾ ਮਾਫੀਆ ਪੰਜਾਬ 'ਚ ਲਾ ਰਹੇ ਨੇ ਉਹ ਖਤਮ ਹੋਏ ਨੇਗੇ, ਉਹਨਾਂ ਨੂੰ ਨੱਥ ਪਈ ਹੈਗੀ, ਤਾਂ ਹੀ ਇਹ ਬੋਲ ਰਹੇ ਨੇ। ਜਦੋਂ ਮਰਜ਼ੀ ਜਿਹੜੀ ਵੀ ਜਾਂਚ ਏਜੰਸੀ ਚਾਹੁੰਦੀ ਆ ਉਹ ਜਾਂਚ ਕਰ ਲਵੇ, ਅਸੀਂ ਉਹਦਾ ਸਵਾਗਤ ਕਰਦੇ ਹਾਂ। ਕਿਸਾਨਾਂ ਵੱਲੋਂ ਲਗਾਤਾਰ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ, ਤਾਂ ਸੁਸ਼ੀਲ ਰੂਪੂ ਵੱਲੋਂ ਗੁੰਡੇ ਤੱਕ ਕਹਿ ਦਿੱਤਾ ਗਿਆ ਕਿਸਾਨਾਂ। ਦੇਖੋ, ਭਾਰਤੀ ਜਨਤਾ ਪਾਰਟੀ ਅੱਜ ਤੋਂ 10 ਸਾਲ ਪਹਿਲਾਂ ਸੱਤਾ ਵਿੱਚ ਆਉਂਦੀ ਆ, ਆ ਕੇ ਕਹਿੰਦੀ ਆ ਕਿ ਪੰਜਾਬ ਦੇ ਕਿਸਾਨ ਦੀ ਆਮਦਨ, ਦੇਸ਼ ਦੇ ਕਿਸਾਨ ਦੀ ਆਮਦਨ ਦੁੱਗਣੀ ਕਰ ਦਿਆਂਗੇ। ਦੁੱਗਣੀ ਤਾਂ ਕੀ ਹੋਣੀ ਸੀ, ਅੱਜ ਕਿਸਾਨ ਦੇਸ਼ ਦਾ ਕਿਸਾਨ ਫਾਹੇ ਲੈ ਰਿਹਾ, ਅੱਜ ਦੇਸ਼ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈਗਾ। ਸੋ ਅੱਜ ਜਦੋਂ ਕਿਸਾਨ ਆਪਣੇ ਹੱਕ ਮੰਗਣ ਜਾਂਦਾ ਗਾ ਤਾਂ ਗੋਲੀਆਂ ਦਾ ਸਾਹਮਣਾ ਕਰਨਾ ਪੈਂਦਾ ਗਾ। 3 ਕਾਲੇ ਕਾਨੂੰਨ ਲਿਆ ਕੇ ਦੇਸ਼ ਦੇ ਕਿਸਾਨ ਨੂੰ ਮਾਰਨ ਦਾ ਯਤਨ ਭਾਰਤੀ ਜਨਤਾ ਪਾਰਟੀ ਨੇ ਕੀਤਾ ਗਾ, ਅੱਜ ਦੇਸ਼ ਦਾ ਕਿਸਾਨ ਜਿਹੜਾ, ਮੈਂ ਸਮਝਦਾ ਉਹ ਭਾਰਤੀ ਜਨਤਾ ਪਾਰਟੀ ਨੂੰ ਸਭ ਕੁਝ ਸਿਖਾਊਗਾ ਔਰ ਆਪਣੀ ਵੋਟ ਦੀ ਝੋਟ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਬਾਹਰ ਕਰੂਗਾ। ਪ੍ਰਧਾਨ ਮੰਤਰੀ ਦਾ ਇੱਕ ਬਿਆਨ ਆਉਂਦਾ, ਉਹਨਾਂ ਨੇ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਕਿਹਾ ਕਿ ਜੇ ਇਹਨਾਂ ਦੇ ਹੱਥ ਬਾਂਗਡੋਰ ਆ ਗਈ ਤਾਂ ਜਿਹੜੀ ਦੇਸ਼ ਦੀ ਸੰਪੱਤੀ ਹੈਗੀ ਉਹ ਕੁਝ ਭੇਠੀਆਂ ਨੂੰ ਦੇ ਦੇਣਗੇ। ਦੇਸ਼ ਵਿੱਚ ਨਫ਼ਰਤ ਫੈਲਾਉਣ ਵਾਲਾ ਵਿਅਕਤੀ ਅੱਜ ਤੱਕ ਕੋਈ ਵੀ ਕਾਮਯਾਬ ਨਹੀਂ ਹੋਇਆ। ਜਿਹਨੇ ਦੇਸ਼ ਨੂੰ ਤੋੜਨ ਦਾ ਯਤਨ ਕੀਤਾ, ਦੇਸ਼ ਦੇ ਭਾਈਚਾਰੇ ਨੂੰ ਤੋੜਨ ਦਾ ਯਤਨ ਕੀਤਾ, ਦੇਸ਼ 'ਚ ਨਫ਼ਰਤ ਫੈਲਾਉਣ ਦੀ ਗੱਲ ਕੀਤੀ ਆ, ਦੇਸ਼ ਦੇ ਲੋਕਾਂ ਨੇ ਸੱਤਾ ਤੋਂ ਲਾਂਭੇ ਕੀਤਾ ਗਾ। ਇਹ ਸਾਰੇ ਬਿਆਨ ਬੁਖਲਾਹਟ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਰਹੇ ਨੇ ਕਿਉਂਕਿ ਉਹਨਾਂ ਨੂੰ ਸਾਹਮਣੇ ਹਾਰ ਲਿਖੀ ਦਿਖਾਈ ਦੇ ਰਹੀ ਆ। ਸੋ ਮੈਂ ਸਮਝਦਾ ਉਹ ਨਫ਼ਰਤ ਭਰੇ ਬਿਆਨ ਦੇਣ ਵਾਲੇ ਵਿਅਕਤੀ ਜਿਹੜੇ ਨੇ ਕਿ ਉਹ ਇਸ ਇਲੈਕਸ਼ਨ ਦੇ ਵਿੱਚ 4 ਜੂਨ ਤੋਂ ਬਾਅਦ ਸੱਤਾ ਤੋਂ ਬਾਹਰ ਹੋਣਗੇ ਔਰ ਦੇਸ਼ ਨੂੰ ਇਕਜੁੱਟ ਰੱਖਣ ਵਾਲੇ, ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਲੇ, ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਵਾਲੇ ਲੋਕ ਸੱਤਾ 'ਚ ਆਉਣਗੇ। ਪੰਜਾਬ ਦੇ ਵਿੱਚ ਬਿਲਕੁਲ ਜੀ, ਆਉਣ ਵਾਲੇ ਸਮੇਂ 'ਚ ਸੰਗਰੂਰ, ਬਠਿੰਡਾ, ਪੂਰੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ, ਜਿਨ੍ਹਾਂ ਨੇ ਕਮਾਂਡ ਸੰਭਾਲੀ ਹੋਈ ਆ ਪੰਜਾਬ ਦੀ, ਜਿਹੜੀਆਂ ਪਾਰਲੀਮੈਂਟ ਚੋਣਾਂ ਨੇਗੀਆਂ, ਸੋ ਸਾਰੇ ਜਗ੍ਹਾ 'ਤੇ ਆਉਣਗੇ, ਅਸੀਂ ਸਾਰੇ ਲੋਕ ਉਹਨਾਂ ਦਾ ਸਵਾਗਤ ਕਰਨ ਲਈ ਤਿਆਰ ਨੇ ਜੀ। ਕਿਸਾਨ 605 ਦੇ ਵਿੱਚ ਨੇ, ਕਿਉਂਕਿ ਪੂਸ਼ਾ 44 ਨੂੰ ਪੰਜਾਬ ਸਰਕਾਰ ਨੇ ਬੰਦ ਕਰ ਦਿੱਤਾ ਅਤੇ ਜਿਹੜੀ 126 ਦੀ ਵਰਾਇਟੀ ਹੈ ਜਿਹੜੀ ਕਿਸਾਨ ਸਰਕਾਰ ਵੱਲੋਂ ਰੈਕਮੈਂਡ ਕੀਤੀ ਗਈ ਸੀ ਉਹਨੂੰ ਸ਼ੈਲਰ ਐਸੋਸੀਏਸ਼ਨ ਲੈਣ ਤੋਂ ਇਨਕਾਰ ਕਰ ਰਹੀ ਹੈ। ਦੇਖੋ, ਪੂਸ਼ਾ 44 ਦੇ ਸਾਡੇ ਜਿਹੜੇ ਖੇਤੀਬਾੜੀ ਵਿਗਿਆਨੀ ਨੇ, ਉਹਨਾਂ ਨੇ ਰਿਕਮੈਂਡ ਕੀਤਾ ਕਿ ਇਹਨੂੰ ਤੁਰੰਤ ਬੰਦ ਕੀਤਾ ਜਾਵੇ। ਇਹਦੇ ਨਾਲ ਬਹੁਤ ਵੱਡਾ ਨੁਕਸਾਨ ਪੰਜਾਬ ਦੀ ਮਿੱਟੀ ਦਾ, ਪੰਜਾਬ ਦੇ ਪਾਣੀ ਦਾ, ਪੰਜਾਬ ਦੀ ਸਿਹਤ ਦਾ ਹੋ ਰਿਹਾ ਹੈਗਾ। ਸੋ ਉਹਨੂੰ ਬਿਲਕੁਲ ਬੰਦ ਕੀਤਾ ਗਾ। ਸੋ ਜਿੱਥੇ ਕਿਤੇ ਕੋਈ ਦਿੱਕਤ ਆਊਗੀ ਅਸੀਂ ਕਿਸਾਨ ਦੇ ਨਾਲ ਖੜੇ ਹਾਂ, ਉਹਨੂੰ ਦੂਰ ਕਰਾਂ। ਨਵੀਂ ਬੀਜ ਪਰਿਵਾਰ ਨੂੰ ਕਿਵੇਂ ਦੇਖਦੇ ਹੋ ਸਰ, ਜਿਵੇਂ ਤੁਸੀਂ ਦੇਖਿਆ ਹਾਲ ਹੀ ਵਿੱਚ ਜਲੰਧਰ ਵਿੱਚ ਚੰਨੀ ਦੀਆਂ ਇੱਕ ਤਸਵੀਰਾਂ ਪੁਰਾਣੀਆਂ ਜਿਹੜੀਆਂ ਲੱਗੀਆਂ ਨੇ। ਜਦੋਂ ਇਲੈਕਸ਼ਨ ਆਉਂਦੀ ਹੁੰਦੀ ਹੈ ਨਾ, ਇਲੈਕਸ਼ਨ ਦੇ ਸਮੇਂ ਬਹੁਤ ਸਾਰੇ ਲੀਡਰਾਂ ਦਾ ਪਿਛੋਕੜ ਕੀ ਸੀ, ਕੀ ਉਹਨੇ ਕੀਤਾ ਗਾ ਸਿਆਸਤ 'ਚ, ਕੀ ਕੀਤਾ ਗਾ ਸਮਾਜਿਕ ਜੀਵਨ 'ਚ, ਕੀ ਕੀਤਾ, ਸਾਰਾ ਕੁਝ ਸਾਹਮਣੇ ਆਉਂਦਾ ਗਾ ਔਰ ਲੋਕ ਡਿਸਾਈਡ ਕਰਦੇ ਨੇਗੇ ਕਿ ਕਿਸੇ ਦਾ ਸਿਆਸਤ 'ਚ ਕਿੰਨਾ ਕੁ ਯੋਗਦਾਨ ਪੋਜ਼ਿਟਿਵ ਆ, ਕਿੰਨਾ ਕੁ ਨੈਗੇਟਿਵ ਆ। ਸੋ ਮੈਂ ਸਮਝਦਾ ਲੋਕ ਡਿਸਾਈਡ ਕਰਦੇ। ਥੈਂਕ ਯੂ।